ਇਸ ਵੇਲੇ ਮੈਂ ਵੰਦੇ ਮੈਟਰੋ ਦੇ ਜਿਹੜੇ ਚਾਲਕ ਨੇ ਉਹਨਾਂ ਦੇ ਨਾਲ ਮੌਜੂਦ ਹਾਂ। ਸਭ ਤੋਂ ਪਹਿਲਾਂ ਟ੍ਰੇਨ ਦਿਖਾ ਦਿਆਂ ਕਿ ਇਹ ਟ੍ਰੇਨ ਦਾ ਇੰਜਨ ਹੈ ਜਿਸ ਦੇ ਵਿੱਚ ਤੁਸੀਂ ਦੇਖੋ ਕਿ ਕਿੰਨੀਆਂ ਜ਼ਿਆਦਾ ਜਿਹੜੀਆਂ ਸੁਵਿਧਾਵਾਂ ਨੇ ਜਾਂ ਜਿਹੜੀਆਂ ਅਸੀਂ ਕਹੀਏ ਕਿ ਟੈਕਨੀਕਸ ਨੇ ਉਹ ਇਸਤੇਮਾਲ ਕੀਤੀਆਂ ਗਈਆਂ। ਤਾਂ ਸਭ ਤੋਂ ਪਹਿਲਾਂ ਤਾਂ ਇਸ ਦੀ ਜਿਹੜੀ ਲੁੱਕ ਹੈ ਉਹ ਕਿਸੇ ਜਹਾਜ਼ ਦਾ ਜਿਹੜਾ ਕੋਕਪਿਟ ਹੁੰਦਾ ਉਸ ਤਰੀਕੇ ਦੇ ਨਾਲ ਨਜ਼ਰ ਆ ਰਹੀ ਹੈ, ਕਿਉਂਕਿ ਹਾਈਟੈਕ ਜਿਹੜੀ ਹੈ ਉਹ ਇਸ ਟ੍ਰੇਨ ਨੂੰ ਬਣਾਇਆ ਗਿਆ। ਤਾਂ ਵੰਦੇ ਮੈਟਰੋ ਇਸ ਟ੍ਰੇਨ ਦਾ ਨਾਮ ਹੈ। ਤਾਂ ਇਸ ਟ੍ਰੇਨ ਦੇ ਜਿਹੜੇ ਚਾਲਕ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ, ਕਿਉਂਕਿ ਕੁਝ ਦੇਰ ਪਹਿਲਾਂ ਜਿਹੜਾ ਇਸ ਟ੍ਰੇਨ ਦੇ ਵਿੱਚ ਫੀਚਰ ਦਿੱਤਾ ਗਿਆ ਹੈ ਪੁਸ਼ ਟੂ ਟਾਕ, ਯਾਨੀ ਕਿ ਬਟਨ ਪ੍ਰੈਸ ਕਰਕੇ ਜੇਕਰ ਅੰਦਰ ਤੋਂ ਕੋਈ ਵੀ ਬੋਲਦਾ ਹੈ ਤਾਂ ਉਹ ਇਹਨਾਂ ਦੇ ਕੋਲ ਆਵਾਜ਼ ਪਹੁੰਚਦੀ ਹੈ। ਸਰ, ਉਹ ਜਿਹੜਾ ਫੀਚਰ ਹੈ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਹੈ? ਜਦੋਂ ਵੀ ਕੋਈ ਪੈਸੇਂਜਰ ਕਾਲ ਬੈਕ ਕਰੇਗਾ, ਸਾਨੂੰ ਪੁਸ਼ ਕਰੇਗਾ, ਆਹ ਬੀਪ ਆ ਗਈ ਹੈ, ਬੀਪ ਸਰ, ਅਤੇ ਇਹਨੂੰ ਤਾਂ ਜਿਸ ਤਰ੍ਹਾਂ ਹੁਣ ਇਹ ਬੀਪ ਆਈ ਹੈ, ਇਸ ਦਾ ਮਤਲਬ ਕਿ ਅੰਦਰੋਂ ਕਿਸੇ ਨੇ ਕੋਈ ਬਟਨ, ਤਾਂ ਜਿਸ ਤਰ੍ਹਾਂ ਅੰਦਰੋਂ ਬਟਨ ਪ੍ਰੈਸ ਕੀਤਾ ਗਿਆ ਤਾਂ ਇੱਥੇ ਤੁਸੀਂ ਦੇਖੋ ਕਿ ਗਾਰਡ ਬੋਲ ਰਿਹਾ ਬੰਦੇ ਮੈਟਰੋ ਦਾ, ਜੀ ਹਾਂ ਸਰ, ਹੈਲੋ, ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਫੀਚਰ ਹੈ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦਾ। ਹੁਣੇ ਜਿਹੜੇ ਇਹਨਾਂ ਦੇ ਸੀਨੀਅਰ ਅਧਿਕਾਰੀ ਨੇ ਔਰ ਜਿਹੜੇ ਕਿ ਮੰਤਰੀ ਉਹਨਾਂ ਵੱਲੋਂ ਅੰਦਰ ਬਟਨ ਜਦੋਂ ਪ੍ਰੈਸ ਕੀਤਾ ਜਾਂਦਾ ਤਾਂ ਤੁਰੰਤ ਇਹਨਾਂ ਤੱਕ ਆਵਾਜ਼ ਪਹੁੰਚਦੀ ਹੈ। ਤਾਂ ਇਸ ਫੀਚਰ ਦਾ ਮੈਂ ਸਭ ਤੋਂ ਪਹਿਲਾਂ ਦੱਸ ਦਿਆਂ ਕਿ ਫਾਇਦਾ ਕੀ ਹੈ। ਜੇਕਰ ਟ੍ਰੇਨ ਦੇ ਵਿੱਚ ਕੋਈ ਮਹਿਲਾ ਸਫ਼ਰ ਕਰ ਰਹੀ ਹੈ, ਉਸ ਦੇ ਨਾਲ ਕੋਈ ਛੇੜਛਾੜ ਹੁੰਦੀ ਹੈ, ਉਸ ਤੋਂ ਇਲਾਵਾ ਕੋਈ ਵੀ ਯਾਤਰੀ ਉਸਨੂੰ ਕਿਸੇ ਤਰ੍ਹਾਂ ਦੀ ਕੋਈ ਐਮਰਜੈਂਸੀ ਜਿਹੜੀ ਹੈ ਉਹ ਪੇਸ਼ ਆਉਂਦੀ ਹੈ ਤਾਂ ਤੁਰੰਤ ਉਹ ਇਸ ਟ੍ਰੇਨ ਦੇ ਚਾਲਕ ਜਾਂ ਗਾਰਡ ਨਾਲ ਗੱਲ ਕਰ ਸਕਦੇ ਨੇ ਔਰ ਉਹ ਗੱਲ ਕਰਨ ਤੋਂ ਬਾਅਦ ਤੁਰੰਤ ਉਸਦਾ ਜੋ ਵੀ ਹੱਲ ਹੈ, ਜੇਕਰ ਉਸਨੂੰ ਸੁਰੱਖਿਆ ਦੀ ਜ਼ਰੂਰਤ ਹੈ, ਕੋਈ ਹੋਰ ਕਿਸੇ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੈ ਤਾਂ ਉਹ ਤੁਰੰਤ ਉਹਨਾਂ ਨੂੰ ਮੁਹੱਈਆ ਕਰਵਾਉਣਗੇ। ਤਾਂ ਇਹ ਤੁਸੀਂ ਦੇਖੋ ਕਿ ਵੰਦੇ ਮੈਟਰੋ ਜਿਹੜੀ ਟ੍ਰੇਨ ਹੈ ਉਸ ਦੀ ਤਸਵੀਰ ਹੈ। ਤਾਂ ਸਰ, ਇਸ ਤੋਂ ਇਲਾਵਾ ਜੇਕਰ ਜਿਹੜਾ ਵੀ ਤੁਹਾਨੂੰ ਅੰਦਰੋਂ ਬਟਨ ਪ੍ਰੈਸ ਕਰਕੇ ਗੱਲ ਕਰਦਾ ਉਹਦੀ ਨਾਲ ਤਸਵੀਰ ਵੀ ਆਏ? ਤਸਵੀਰ ਵੀ ਆ ਜਾਂਦੀ ਹੈ ਔਰ ਸਾਨੂੰ ਇਹ ਵੀ ਪਤਾ ਲੱਗਦਾ ਕਿ ਕਿਹੜੇ ਕੋਚ ਦੇ ਵਿੱਚ ਉਹ ਖੜਾ ਹੈ, ਕਿਸ ਕੋਚ ਦੇ ਵਿੱਚ ਪ੍ਰੋਬਲਮ ਹੈ, ਕਿਸ ਕੋਚ ਤੋਂ ਉਹ ਪੁਸ਼ ਕਰ ਰਿਹਾ ਬਟਨ। ਤਾਂ ਇਹ ਪੂਰਾ ਤੁਸੀਂ ਦੇਖੋ ਕਿ ਸਿਸਟਮ ਜਿਹੜਾ ਇਸ ਟ੍ਰੇਨ ਦੇ ਵਿੱਚ ਲਗਾਇਆ ਗਿਆ, ਬਹੁਤ ਜਲਦ ਇਹ ਟ੍ਰੇਨਾਂ ਜਿਹੜੀਆਂ ਨੇ ਉਹ ਮੈਟਰੋ ਸਿਟੀਜ਼ ਦੇ ਵਿੱਚ ਦੌੜਨਗੀਆਂ ਔਰ ਇਹ ਇੰਟਰਸਿਟੀ ਟ੍ਰੇਨਾਂ ਹੋਣਗੀਆਂ ਜਿਨ੍ਹਾਂ ਨੂੰ ਫੀਚਰ ਐਡ ਹੋ ਰਿਹਾ। ਇੱਕ ਫਾਇਰ ਦਾ ਦੱਸ ਰਿਹਾ ਪਿੱਛੇ, ਉਹ ਐਕਟੀਵੇਟ ਹੋ ਰਿਹਾ, ਉਹ ਵੀ ਤੁਹਾਨੂੰ ਹੁਣੇ ਦਿਖਾਵਾਂਗੇ ਅਸੀਂ। ਤਾਂ ਬਿਲਕੁਲ ਜਿਹੜੇ ਨਵੇਂ ਇਸ ਦੇ ਵਿੱਚ ਫੀਚਰ ਐਡ ਕੀਤੇ ਗਏ ਨੇ ਉਹ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਦੇਖੋ ਕਿ ਅੰਦਰੋਂ ਹੁਣ ਜੋ ਹੈ ਕਾਲ ਕੀਤੀ ਗਈ ਹੈ ਤਾਂ ਉਹਨਾਂ ਦਾ ਕਹਿਣਾ ਕਿ ਇੱਕ ਫਾਇਰ ਸੇਫਟੀ ਨੂੰ ਲੈ ਕੇ ਵੀ ਫੀਚਰ ਇਸ ਟ੍ਰੇਨ ਦੇ ਵਿੱਚ ਐਡ ਕੀਤਾ ਗਿਆ। ਤਾਂ ਹੁਣ ਤੁਸੀਂ ਦੇਖੋ ਕਿ ਸਾਇਰਨ ਜੋ ਹੈ ਉਹ ਵੱਜਣਾ ਸ਼ੁਰੂ ਹੋ ਗਿਆ। ਪਿੱਛੇ ਜੋ ਨਾ ਆਉਂਦੇ ਗਏ।
उसी कोच में अलार्म चलेगा, जिस कोच में जो फायर का इंडिकेशन आया वहाँ सेफ्ट करने के बाद इसको जहाँ मैंने ऑन किया सिर्फ उसी कोच में एक लाइट जलेगी और एक अलार्म बजेगा कि इस कोच में फायर की प्रॉब्लम आ गई है, कोई स्मोक की। बिल्कुल, जेकर किसी भी डब्बे दे विच किसी तरह की कोई ਜਲਨਸ਼ੀਲ ਚੀਜ਼ ਪਤਾ ਲੱਗਦੀ ਹੈ ਜਾਂ ਇਹ ਪਤਾ ਲੱਗਦਾ ਕਿ ਉਸਦੇ ਵਿੱਚ ਕੋਈ ਸਪਾਰਕਿੰਗ ਜਾਂ ਕਿਸੇ ਵੀ ਤਰੀਕੇ ਦਾ ਕੋਈ ਫਾਇਰ ਵਰਗੀ ਜਿਹੜੀ ਚੀਜ਼ ਹੈ ਉਹ ਪਤਾ ਲੱਗਦੀ, ਤਾਂ ਤੁਰੰਤ ਉੱਥੇ ਜਿਹੜਾ ਯਾਤਰੀ ਹੋਏਗਾ ਉਹ ਬਟਨ ਪ੍ਰੈਸ ਕਰੇਗਾ ਤਾਂ ਇਹਨਾਂ ਦੇ ਕੋਲ ਉਹ ਜਾਣਕਾਰੀ ਪਹੁੰਚੇਗੀ ਔਰ ਇੱਥੋਂ ਇਹ ਬਟਨ ਪ੍ਰੈਸ ਕਰਕੇ ਉਸ ਡੱਬੇ ਦੇ ਵਿੱਚ ਇੱਕ ਅਲਾਰਮ ਜੋ ਹੈ ਉਹ ਦੇਣਗੇ ਤਾਂ ਕਿ ਸਾਰੇ ਲੋਕ ਅਲਰਟ ਹੋ ਜਾਣ। ਤਾਂ ਇਹ ਜਿਹੜੀ ਟ੍ਰੇਨ ਹੈ ਬਹੁਤ ਜਲਦ ਦੇਸ਼ ਦੇ ਜਿਹੜੇ ਰੇਲ ਟਰੈਕ ਨੇ ਉਹਨਾਂ ਦੇ ਉੱਤੇ ਦੌੜੇਗੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਟ੍ਰੇਨ ਨੂੰ ਕਪੂਰਥਲਾ ਦੀ ਰੇਲ ਕੋਚ ਫੈਕਟਰੀ ਦੇ ਵਿੱਚ ਤਿਆਰ ਕੀਤਾ ਗਿਆ। ਬਹੁਤ ਸਾਰੇ ਇੰਜੀਨੀਅਰਸ ਦੀ ਮਿਹਨਤ ਹੈ, ਬਹੁਤ ਸਾਰੇ ਵਰਕਰਾਂ ਦੀ, ਬਹੁਤ ਸਾਰੇ ਜਿਹੜੇ ਮਜ਼ਦੂਰ ਨੇ, ਤਾਂ ਉਹਨਾਂ ਦੀ ਮਿਹਨਤ ਦੇ ਸਦਕਾ ਇਸ ਟ੍ਰੇਨ ਨੂੰ ਤਿਆਰ ਕੀਤਾ ਗਿਆ ਜੋ ਕਿ ਬਹੁਤ ਜਲਦ ਦੇਸ਼ ਦੇ ਮੈਟਰੋ ਸਿਟੀਜ਼ ਦੇ ਵਿੱਚ ਦੌੜਦੀ ਹੋਈ ਨਜ਼ਰ ਆਏਗੀ। ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਾਜੀਵ ਸ਼ਰਮਾ, ਨਿਊਜ਼ 18 ਕਪੂਰਥਲਾ।